ਧੁੱਪ ਚ ਕਲਰ ਚੇਂਜ ਹੋ ਗਿਆ ਭਾਜੀ, ਦਿਖਾਓ ਦੇਖੋ ਭਾਜੀ ਝੂਠ ਤੇ ਨੀ ਬੋਲ ਰਹੇ ਤੁਸੀਂ? ਤੁਹਾਡੀ ਵੀਡੀਓ ਚ ਤੁਸੀਂ ਲਿਖ ਦੇਣਾ ਬਸ ਮੇਰਾ ਨੰਬਰ, ਐਡਰੈਸ ਦੇ ਦਿਓ, ਮੈਂ ਇੱਥੇ ਬੈਠਾ। 4 ਸਾਲ ਬਣੇ ਹੁੰਦੇ ਆ ਦੀ ਗਾਰੰਟੀ ਭਾਈ, ਜਿੰਨੇ ਚਿਰ ਰੱਜ ਨਹੀਂ ਹੁੰਦਾ ਕਸਟਮਰ ਦਾ। ਇਹ ਪਾ ਗਏ, ਅਸੀਂ ਕੱਲ ਜਾਵਾਂਗੇ ਚੰਬਾ, ਠੀਕ ਹੈ, ਪੋਲੇ ਪੋਲੇ ਪੈਰ ਰੱਖਾਂਗੇ, ਐ ਨਿਊ ਬੈਲੈਂਸ ਮਿਲ ਜਾਏਗਾ ਆਪਣੇ ਕੋਲ। ਕੀ ਬਾਤ ਹੈ, ਇਹ ਦੇਖੋ 650, ਇਹ ਮੇਰੇ ਆਰਮੀ ਦੇ ਅੰਦਰ ਕਾਫੀ ਗਿਆ ਆਰਟੀਕਲ, ਠੀਕ ਹੈ, ਤੁਹਾਡੇ ਪਠਾਨੋ ਕੈਂਚ ਵੀ ਕਾਫੀ ਭੇਜੇ ਆਰਮੀ ਉਹਨਾਂ ਨੇ, ਠੀਕ ਹੈ, ਬਹੁਤ ਬੈਸਟ ਆਰਟੀਕਲ ਹੈ। ਕੋਈ ਪ੍ਰੋਬਲਮ ਆ ਜੀ ਲੋਫਰ ਉਖੜ ਜੇ, ਕੇਵਲ ਲੱਗਦਾ ਕਿ ਸਸਤੀ ਲੋਫੜਾ 500 ਜਾਂ ਬੜੇ ਵਧੀਆ ਡੀਲ ਕਰਦੇ ਆ ਬੰਦੇ ਨੂੰ। ਸੋ ਹੇ ਗਾਇਜ਼, ਦਿਸ ਇਜ਼ ਅਮਿਤ ਬੱਬਰ ਐਂਡ ਬੈਕ ਵਿਦ ਅਨਦਰ ਵੀਡੀਓ। ਹੋਪ ਕਰਦਾ ਗਾਇਜ਼ ਤੁਸੀਂ ਸਾਰੇ ਜਿਹੜੇ ਬਹੁਤ ਵਧੀਆ ਹੋਵੋਗੇ। ਨਵਾਂ ਦਿਨ ਤੇ ਨਵੇਂ ਵਲੌਗ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗਾਇਜ਼। ਹਾਜ਼ਰ ਹੋ ਚੁੱਕੇ ਇੱਕ ਬਹੁਤ ਹੀ ਪਿਆਰੇ ਵਲੌਗ ਦੇ ਨਾਲ। ਜਿੱਦਾਂ ਪਹਿਲੇ ਆਪਾਂ ਕੈਲਸੀਟੋ ਸ਼ੋਰੂਮ 'ਚ ਗਏ ਹੈਗੇ, ਜਿੱਥੇ ਬਹੁਤ ਸਾਰੀ ਆਪਾਂ ਵਰਾਇਟੀ ਦੱਸੀ ਹੈਗੀ ਸ਼ੂਜ਼ ਦੀ, ਅਤੇ ਅੱਜ ਹੋਰ ਇਸ ਤਰੀਕੇ ਦੇ ਨਾਲ ਭਾਅ ਜੀ ਆ ਆਪਣੇ ਤਾਰਾਗੜ੍ਹ ਦੇ ਵਿੱਚ ਉਹਨਾਂ ਨੇ ਸੈਟਅਪ ਆਪਣਾ ਕੀਤਾ ਹੋਇਆ ਵਾ ਹਮਤੁਮ ਕਲੈਕਸ਼ਨ ਦੇ ਨਾਂ ਦੇ ਨਾਲ। ਭਾਅ ਜੀ ਕੋਲ ਜਾਵਾਂਗੇ, ਗੱਲਬਾਤ ਕਰਾਂਗੇ, ਅਤੇ ਉਹਨਾਂ ਕੋਲ ਬਹੁਤ ਹੀ ਪਿਆਰੇ ਪਿਆਰੇ ਆਰਟੀਕਲ ਹੈਗੇ ਆ ਸਾਰੇ, ਉੱਥੇ ਜਾ ਕੇ ਆਪਾਂ ਐਕਸਪਲੋਰ ਕਰਾਂਗੇ ਕੀ ਰੇਟ ਰੂਟ ਹੈਗਾ ਵਾ ਭਾਅ ਜੀ ਦਾ। ਅਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਭਾਅ ਜੀ ਦਾ ਕੰਮ, ਅਤੇ ਇਸ ਕਰਕੇ ਆਪਾਂ ਪੂਰਾ ਪਠਾਨਕੋਟ ਸ਼ਹਿਰ ਛੱਡ ਕੇ ਭਾਅ ਜੀ ਕੋਲ ਤਾਰਾਗੜ੍ਹ ਚੱਲੇ ਹੈਗੇ ਹਾਂ। ਉਹ ਭਾਅ ਜੀ ਦਾ ਸੈਟਅਪ ਤਾਰਾਗੜ੍ਹ ਹੈਗਾ ਵਾ, ਅਤੇ ਬਾਕੀ ਆਹ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ, ਪਿੰਡ ਦੀ ਲੋਕੇਸ਼ਨ ਚੈੱਕ ਕਰੋ ਕਿੰਨੀ ਵਧੀਆ ਹੈਗੀ ਆ। ਭਰਾ ਸਾਡੇ ਨਾਲ ਚੱਲੇ ਹੈਗੇ ਨੇ ਦੋਨੋਂ, ਆਸ਼ੂ ਅਤੇ ਪਿੰਟੂ, ਅਤੇ ਬਾਕੀ ਆਸ਼ੂ ਅੱਜ ਫੋਰਮਲ 'ਚ ਘੈਂਟ ਲੱਗੇ ਤਾਂ ਜ਼ਿਆਦਾ। ਇਹ ਪਾ ਬੂਟਾਂ ਦੀ ਪ੍ਰਮੋਸ਼ਨ ਲਈ ਫੋਰਮਲ 'ਚ ਤਿਆਰ ਹੋ ਗਿਆ ਹੈਗਾ ਵਾ, ਅਤੇ ਬਾਕੀ ਪਿੰਟੂ ਤੇਰੇ ਲਈ ਆਪਾਂ ਵਧੀਆ ਜਿਹਾ ਸੋਹਣੇ ਜਿਹੇ ਸ਼ੂਜ਼ ਦੇਖਾਂਗੇ, ਅਤੇ ਭਰਾ ਲਓ ਪਿੰਟੂ ਨੂੰ ਗਿਫਟ ਹੋਏਗਾ ਬੂਟਾਂ ਦਾ, ਜੋ ਵੀ ਇਹਨੂੰ ਪਸੰਦ ਆਏਗੇ, ਜਿਹੜੇ ਵੀ ਸ਼ੂਜ਼ ਇਹਨੂੰ ਪਸੰਦ ਆਉਣਗੇ ਉਹ ਆਪਾਂ ਭਾਅ ਜੀ ਨੂੰ ਗਿਫਟ ਕਰਾਂਗੇ, ਆਪਣੇ ਛੋਟਾ ਵੀਰ ਆਪਣਾ ਇਹਨੂੰ ਗਿਫਟ ਕਰਾਂਗੇ। ਅਤੇ ਬਾਕੀ ਸਾਡਾ ਬਹੁਤ ਹੀ ਪਿਆਰਾ ਵਲੌਗ ਫੁਰਨੋਸ ਕੈਫੇ ਦਾ ਆਪਾਂ ਕੀਤਾ ਸੀ, ਫਰੈਂਚ ਬੇਸਡ ਕੈਫੇ ਆ ਸਾਡੇ ਪਠਾਨਕੋਟ ਦਾ ਪਹਿਲਾਂ, ਉਹਦਾ ਵਲੌਗ ਕੀਤਾ ਆਪਾਂ, ਉਹ ਵੀ ਡਿਸਕ੍ਰਿਪਸ਼ਨ 'ਚ ਲਿੰਕ ਮਿਲ ਜੂਗਾ, ਆਈ ਬਟਨ 'ਤੇ ਮਿਲ ਜੂਗਾ, ਉਹ ਵੀ ਦੇਖ ਕੇ ਆਇਓ। ਬਾਕੀ 50K ਸਬਸਕ੍ਰਾਈਬਰ ਸਾਡੇ ਕੰਪਲੀਟ ਹੋਈ, ਉਹਦੀ ਸੈਲੀਬ੍ਰੇਸ਼ਨ ਆਪਾਂ ਕਿੱਦਾਂ ਕੀਤੀ ਹੈਗੀ ਆ ਉਹਦਾ ਵਲੌਗ ਵੀ ਤੁਹਾਨੂੰ ਸਾਡੇ ਡਿਸਕ੍ਰਿਪਸ਼ਨ 'ਤੇ ਆਈ ਬਟਨ 'ਤੇ ਮਿਲ ਜੂਗਾ। ਬਾਕੀ ਭਾਅ ਜੀ ਕੋਲ ਚੱਲਦੇ ਹੈਗੇ ਹਾਂ, ਅਤੇ ਪੂਰੀ ਗੱਲਬਾਤ ਡਿਟੇਲ ਦੇ ਵਿੱਚ ਭਾਅ ਜੀ ਨਾਲ ਕਰਾਂਗੇ, ਕਿਉਂਕਿ ਆਪਾਂ ਕੁਛ ਵੀ ਦੱਸਾਂਗੇ ਨਾ ਉਹਨਾਂ ਬਾਰੇ ਕਿਤੇ ਨਾ ਕਿਤੇ ਕੁਛ ਮਿਸ ਹੋ ਜੂਗਾ, ਅਤੇ ਆਪਾਂ ਉੱਥੇ ਜਾ ਕੇ ਹੀ ਕਰਦੇ ਹੈਗੇ ਹਾਂ ਭਾਅ ਜੀ ਨਾਲ ਗੱਲਬਾਤ। ਅਤੇ ਚਲੀਏ ਫਿਰ, ਚਲੋ ਅਤੇ ਚੈਨਲ ਸਬਸਕ੍ਰਾਈਬ ਕਰਨ ਨੂੰ ਕਹਿ ਦਿਓ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਜ਼ਰੂਰ ਕਰਿਆ ਕਰੋ, ਅਤੇ ਚੈਨਲ ਨੂੰ ਲਾਈਕ ਜ਼ਰੂਰ ਕਰੋ, ਅਤੇ ਵੱਧ ਤੋਂ ਵੱਧ ਪਿਆਰ ਦੇਵੋ, ਅਤੇ ਤੁਸੀਂ ਜਿੰਨਾ ਪਿਆਰ ਵੰਡੋਗੇ ਉਨਾ ਤੁਹਾਨੂੰ ਵਾਪਸ ਮਿਲੇਗਾ। ਅਤੇ ਚਲੋ ਦੇਰ ਨਹੀਂ ਕਰਦੇ, ਫਟਾਫਟ ਹੁਣ ਚੱਲਦੇ ਹਾਂ ਆਪਾਂ ਭਾਅ ਜੀ ਉਹਨਾਂ ਦੀ ਸ਼ੋਪ 'ਤੇ। 15 minutes later ਅੱਜ ਤਾਂ ਗਾਈਜ਼ ਆਪਾਂ ਭਾਅ ਜੀ ਦੀ ਸ਼ੋਪ 'ਤੇ ਪਹੁੰਚ ਗਏ ਹਾਂ, ਪਹਿਲੇ ਭਾਅ ਜੀ ਨਾਲ ਮਿਲ ਲੈਂਦੇ ਹਾਂ ਫਿਰ ਕਰਦੇ ਹਾਂ ਅੱਗੇ ਗੱਲਬਾਤ। ਹੋਰ ਭਾਅ ਜੀ ਕੀ ਹਾਲ ਚਾਲ ਆ? ਭਾਅ ਜੀ ਦੇਖੋ ਪਠਾਨਕੋਟ ਦੇ ਵਿੱਚ ਵੀ ਬੜੇ ਸਾਰੇ ਜਣਾ ਕਰਦੇ ਆ ਹਨਾ, ਪਰ ਆਪਾਂ ਨੂੰ ਤੁਹਾਡਾ ਕੰਮ ਪਸੰਦ ਆਇਆ ਤੇ ਆਪਾਂ ਕਿਹਾ ਭਾਈ ਕੋਲ ਚੱਲਦੇ ਆ ਤੇ ਗੱਲਬਾਤ ਕਰਕੇ ਆਉਂਦੇ ਆ।
ਆਪਣੇ ਕੋਲ ਹਰ ਇੱਕ ਰੇਂਜ ਹੁੰਦੀ ਆ, ਹਾਂਜੀ 600 ਤੋਂ ਲੈ ਕੇ 2200 ਤੱਕ ਸਾਰੇ ਆਪਣੇ ਕੋਲ ਕੋਪੀਆਂ ਵਗੈਰਾ ਮਿਲ ਜਾਂਦੀਆਂ ਨੇ, ਲੈਪਟਾਪ 4 ਵਗੈਰਾ। ਇਸ ਵੀਡੀਓ ਦੇ ਵਿੱਚ ਨਾ ਬਾਜੀ ਤੁਸੀਂ ਨਾ ਸਾਰੀ ਡਿਟੇਲ ਦੇ ਵਿੱਚ ਚੀਜ਼ਾਂ ਦੱਸਣੀਆਂ, ਕੁਝ ਚੀਜ਼ਾਂ ਨਾ ਤੁਹਾਡੀ ਜਿਹੜੀਆਂ ਵੀਡੀਓਜ਼ ਹੁੰਦੀਆਂ ਨਾ ਸ਼ਾਰਟ ਵੀਡੀਓਜ਼, ਹਾਂਜੀ ਹਾਂਜੀ, ਉਹ 'ਚ ਚੀਜ਼ਾਂ ਕਲੀਅਰ ਨਹੀਂ ਹੋ ਪਾਉਂਦੀਆਂ ਹੈਗੀਆਂ। ਬਿਲਕੁਲ ਬਿਲਕੁਲ, ਕਾਫੀ ਆਰਟੀਕਲ ਜਿਹੜਾ ਆਪਾਂ ਦੱਸ ਨਹੀਂ ਪਾਉਂਦੇ ਹੁੰਦੇ ਜੀ। ਹਾਂ ਹਾਂ ਬਿਲਕੁਲ, ਪਹਿਲਾਂ ਤੇ ਭਾਜੀ ਤੁਸੀਂ ਸਾਨੂੰ ਆਪਣੀ ਸ਼ਾਪ ਦਾ ਨਾਮ ਦੱਸੋ ਤੇ ਐਡਰੈਸ ਦੱਸੋ। ਬਾਈ ਹਮਤੁਮ ਕਲੈਕਸ਼ਨ ਨਾਮ ਹੈ ਦੁਕਾਨ ਦਾ, ਤੇ ਹਮਤੁਮ ਕਲੈਕਸ਼ਨ 02 ਦੇ ਨਾਮ ਤੇ ਆਪਣਾ ਇੰਸਟਾਗ੍ਰਾਮ ਤੇ ਪੇਜ ਹੈ, ਠੀਕ ਹੈ, ਤੇ YouTube ਤੇ ਆਪਣੀ ਆਈਡੀ ਹੈਗੀ ਹਮਤੁਮ ਕਲੈਕਸ਼ਨ 07 ਦੇ ਨਾਮ ਤੇ, ਤੇ ਬਾਕੀ ਆਪਣਾ ਐਡਰੈਸ ਤਾਰਾਗੜ੍ਹ ਡਿਸਟ੍ਰਿਕਟ ਪਠਾਨਕੋਟ ਨੀਅਰ ਨੋਮਣੀ ਪੋਲ ਦੇ ਨਾਲ ਹੀ ਆਪਣੇ ਲਾਸਟ ਥੱਲੇ ਕਰਕੇ ਮਾਰਕੀਟ ਹੈ, ਤੇ ਨੰਬਰ ਤੁਹਾਡਾ ਆਪਾਂ ਡਿਸਪਲੇ ਕਰ ਦੇਣਾ ਹੈਗਾ ਹਨਾ। ਬਾਕੀ ਕੋਈ ਟਾਈਮਿੰਗ ਦੱਸ ਦਿਓ ਤੇ ਕਿਹੜੇ ਦਿਨ ਛੁੱਟੀ ਹੁੰਦੀ ਉਹ ਵੀ ਦੱਸ ਦਿਓ। ਟਾਈਮਿੰਗ ਵੱਡੇ ਭਾਜੀ ਤੇ ਰਾਜੇ ਨਾਲ ਟਾਈਮਿੰਗ ਹੈ 10 ਵਜੇ ਆਈਦਾ ਮਜੇ ਨਾਲ, ਠੀਕ ਹੈ, ਤੇ 7 ਵਜੇ ਤੇ ਚੱਲ ਜੀਦਾ, ਠੀਕ ਹੈ, 7 ਤੋਂ ਮਤਲਬ 10 ਤੋਂ 7 ਵਜੇ ਤੱਕ ਰੁਕੀਦਾ ਸ਼ਾਮ ਦੀ। ਤੇ ਹੁਣ ਤਾਂ ਆਪਾਂ ਸੋਚਿਆ ਹੈ ਕਿ ਮਹੀਨੇ 'ਚ 2 ਦਿਨ ਛੁੱਟੀ ਕਰਨੀ, ਬਾਕੀ ਇੱਕ ਦੇ ਲਾਸਟ ਹੰਡੇ ਪਹਿਲਾਂ ਵੀ ਹੁੰਦੀ, ਹੁਣ ਮਤਲਬ ਅੱਜ ਤੋਂ ਤੁਹਾਡੇ ਤੋਂ ਪਹਿਲੀ ਵਾਰ ਤੁਹਾਡੇ ਵਲੌਗ 'ਚ ਜਾ ਰਿਹਾ ਕਿ ਮੈਂ ਸੋਚਿਆ ਸੀ ਪੇਜ ਤੇ ਪਾਉਂਗਾ, ਸੈਕਿੰਡ ਸੰਡੇ ਛੁੱਟੀ ਹੋਈ ਕਰੇਗੀ, ਦੋ ਕੁ ਦਿਨ ਜ਼ਿੰਦਗੀ ਨੂੰ ਹੈ ਨਾ ਮਜ਼ਾ ਵੀ ਚਾਹੀਦਾ। ਬਿਲਕੁਲ ਬਿਲਕੁਲ, ਤੇ ਸ਼ਿਪਿੰਗ ਤੁਹਾਡੀ ਪੂਰੀ ਹੈ ਨਾ? ਸ਼ਿਪਿੰਗ ਬਾਈ ਆਪਣੀ ਆ ਪੈਨ ਇੰਡੀਆ ਹੁੰਦੀ ਆ, ਹਾਂਜੀ, ਗੋਮੁੰਡਾ ਪਾਰਸਲ ਵੀ ਪੈਕ ਕਰੇਗਾ ਦੇ, ਹਾਂਜੀ ਵੀ ਪਾਰਸਲ ਹੋਏ ਪਿੱਛੇ। ਅੱਛਾ, ਪਾਰਸਲ ਪੈਕ ਹੁੰਦੇ ਆ ਆਪਣੇ ਜੰਦੇ ਪਾਰਸਲ, ਸਾਰੇ ਆਲ ਇੰਡੀਆ ਕਿਤੇ ਵੀ ਆਲ ਵਰਲਡ ਬਹਿ ਕੇ ਮੰਗਵਾ ਸਕਦੇ ਹੋ, ਸਭ ਸ਼ਿਪਿੰਗ ਲਾਈ ਹੈ ਸਵੇਰ ਦੀ ਅੱਜ ਦੀ, ਨਹੀਂ ਕੋਈ 4-5 ਹਜ਼ਾਰ ਨਹੀਂ ਖਰਚ ਪਾਉਂਦਾ ਹੈਗਾ, ਸਹੀ ਗੱਲ ਹੈਗੀ ਆ, ਤੇ ਉਹਨਾਂ ਲਈ ਤੁਸੀਂ ਇਹ ਵਧੀਆ ਕਲੈਕਸ਼ਨ ਲੈ ਕੇ ਆਏ ਹੈਗੇ ਹੋ। ਮੈਂ ਕਿਹਾ 650 ਕੁਛ ਘੱਟ ਦਿੰਦਾ ਪੂਰਾ, 1 ਸਾਲ ਤੱਕ ਚੱਲਦੇ ਸ਼ੂ ਹੀ 650 ਵਾਲੇ ਆਰਟੀਕਲ ਆਪਣੇ ਆ ਦੇਖੋ 650, ਮੈਨੂੰ ਪਹਿਲੀ ਦਿਨ ਹੀ ਮੇਰਾ ਦੁਕਾਨ ਤੇ ਮਤਲਬ ਆਇਆ ਜਦੋਂ ਪਾਈ ਸੀ, ਆਹੀ ਸੋਚਿਆ ਸੀ ਕਿ ਮੈਂ ਮਤਲਬ ਘੱਟ ਰੇਂਜ ਵਾਲੀ ਆਰਟੀਕਲ ਰੱਖਣੇ ਕਿ ਹੈ ਜਿਹੜੇ ਮਤਲਬ ਜ਼ਿਆਦਾ ਅਫੋਰਡ ਨਹੀਂ ਕਰ ਪਾਉਂਦੇ, ਤੇ ਸਸਤੇ ਜੀ ਖੁਸ਼ ਹੋ ਜਾਣ ਬਸ, ਇਸ ਕਰਕੇ ਬਸ ਮਜ਼ਾ ਲੈਣ ਦੇ। ਬਾਕੀ ਜੇ ਕੋਈ ਵੀਰ ਭਰਾ ਆ ਜਾਏ ਕਿ ਕਵੇ ਕਿ ਨਹੀਂ ਮੈਂ ਬ੍ਰਾਂਡਡ ਚੀਜ਼ ਲੈਣੀ ਹੈ, ਤੇ ਕੋਈ ਆਰਟੀਕਲ ਹੈਗਾ ਫਸਟ ਕਾਪੀ ਹੈ ਜਾਂ ਕਿਦਾਂ? ਆਪਣੇ ਕੋਲ 7 ਕੁਆਲਿਟੀ ਵੀ ਹੈਗੀ ਆਪਣੇ ਕੋਲ, ਨਿਊ ਬੈਲੈਂਸ ਮਿਲ ਜਾਏਗਾ ਆਪਣੇ ਕੋਲ, ਕੀ ਬਾਤ ਹੈ, 7 ਕੁਆਲਿਟੀ ਦੇ ਇਲੈਕਟ੍ਰੋ 4 ਮਿਲ ਜਾਏਗਾ ਆਪਣੇ ਕੋਲ, ਜੋਰਡਨ ਦਾ ਜੋਰਡਨ ਦਾ ਕਲਰ ਹੁੰਦਾ ਪੇਜ ਆਪਣੇ ਕੋਲ, ਇੱਕ ਤਾਂ ਪੀਸ ਆ ਗਿਆ, ਠੀਕ ਹੈ, ਪਰ ਰੇਟ ਸਾਰੇ ਜੈਨੂਇਨ ਹੋਣਗੇ। ਮੈਂ ਕਿਹਾ ਕਿਤੇ ਵੀ ਟਰਾਈ ਕਰ ਸਕਦੇ, ਰੇਟ ਰੇਟ 'ਚ ਫਰਕ ਨਹੀਂ ਆਊਗਾ। ਬਾਕੀ ਭਾਜੀ ਮੈਂ ਨਾ ਇੱਕ ਗੱਲ ਕਦੀ ਵੀ ਮੇਰੀ ਵੀਡੀਓ ਦੇਖ ਲਓ ਕਰ ਰਹੀ, ਮੈਂ ਕਦੀ ਨਹੀਂ ਕਿਹਾ ਕਿ ਮੇਰੇ ਰੇਟ ਮਾਰਕੀਟ ਨਾਲੋਂ ਘੱਟ, ਮੈਂ ਕਦੀ ਵੀਡੀਓ 'ਚ ਬੋਲਿਆ ਬਿਲਕੁਲ ਬਿਲਕੁਲ ਕਿਸੇ ਨੂੰ ਨਿੰਦ ਕੇ ਖੁਦ ਨਹੀਂ ਉੱਤੇ ਆਉਣਾ, ਮੈਂ ਕਿ ਮਾਰਕੀਟ ਨਾਲ ਆਪਣਾ ਕੋਈ ਕੰਪੇਅਰ ਨਹੀਂ ਆ, ਆਪਾਂ ਲੈਣਾ ਸਵਾਦ ਮਜ਼ਾ ਮਜ਼ਾ। ਮੈਂ 4 ਬੂਟ ਵੇਚਣਾ ਦੇਣ ਦੇ ਆਪਾਂ ਫਿਰ ਵੀ ਕੋਸ਼ਿਸ਼ ਨਾਲ ਸੋਈ ਸੋਈਦਾ, ਪਿੱਛੇ ਦੇਖੋ ਪੜਾ ਕਿੰਨੇ ਆ, ਤੇ ਜੇ ਦੇਣ ਦੇ ਆਪਾਂ 40 ਬੂਟ ਹੀ ਵੇਚ ਦਈਏ ਤਾਂ ਵੀ ਮਜ਼ਾ ਨਾਲ ਸੋਈਦਾ। ਸਹੀ ਗੱਲ ਹੈ, ਸਹੀ ਗੱਲ ਹੈ, ਮਤਲਬ ਆਪਾਂ ਨੂੰ ਕੋਈ ਉਹ ਨਹੀਂ ਆ, ਚਲੋ ਫੈਮਿਲੀ ਨਾਲ ਪਿੱਛੋਂ ਵਧੀਆ ਬੈਕਗ੍ਰਾਉਂਡ ਹੈ, ਬਿਲਕੁਲ ਬਿਲਕੁਲ, ਤੇ ਸਵਾਲ ਲੈਣ ਦੇ ਬਸ, ਕਿਸੇ ਨੂੰ ਮਾੜਾ ਕਹਿ ਕੇ ਨਹੀਂ ਖੁਦ ਚੱਲਣਾ। ਇੱਕ ਗੱਲ ਇਹ ਕਹੂੰਗਾ ਕਿ ਬਾਈ ਰੇਟਾਂ ਦੀ ਕੋਈ ਕਹਾਣੀ ਨਹੀਂ, ਮੈਂ ਗੱਲ ਪਹਿਲਾਂ ਵੀ ਕਹੀ ਕਿ ਰੇਟ ਦਾ ਕੋਈ ਸੀਨ ਨਹੀਂ, ਗੱਲ ਹੈ ਕਿ ਮਾਲ ਚੈੱਕ ਕਰੋ ਬਾਈ ਯਾਰ, ਦਿਖਾਓ ਮਾਲ ਬਹੁਤ ਆ ਬਾਈ, ਤਾਈਆਂ ਦੇ ਭਾਈ ਤੁਹਾਡੇ ਕੋਲ ਆਪਾਂ ਆਇਆ ਗਿਆ, ਦੇਖੋ ਪਿਛਲੀ ਦੂਸਰੀ ਦੁਕਾਨ ਹੀ ਬੁੜੀ ਪੜੀ ਪਈ ਆ, ਠੀਕ ਹੈ, ਮਤਲਬ ਟੇਲਰ ਦੀ ਦੁਕਾਨ 'ਚ ਇੰਨਾ ਮਾਲ ਨਹੀਂ ਤੁਹਾਨੂੰ ਮਿਲੂਗਾ, ਮੇਰੇ ਹਿਸਾਬ ਨਾਲ ਹੋਲਸੇਲਰ ਤੇ ਜ਼ਰੂਰ ਹੋਏਗਾ, ਬਿਲਕੁਲ ਲੱਗ ਜਾ ਕਿਤੇ, ਮਤਲਬ ਮੁੰਡੇ ਦਾ ਕਹਿੰਦੇ ਕਿ ਬਾਈ ਤੁਹਾਡਾ ਹੋਲਸੇਲ ਦਾ ਕੰਮ, ਹੋਲਸੇਲ ਦਾ ਕੰਮ ਹੈ, ਮਤਲਬ ਟੇਲ ਦੇ ਕੰਮ 'ਚ ਇੰਨਾ ਮਤਲਬ ਮਾਲ ਭੜਿਆ ਪਿਆ ਭਾਜੀ, ਗੱਲ ਤੇ ਮਤਲਬ ਮਾਲ ਦੀ ਆ ਨਾ, ਹਰ ਇੱਕ ਚੀਜ਼ ਪਈ ਆ ਆਪਣੇ ਕੋਲ, ਕੁਆਂਟਿਟੀ ਪਈ ਆ ਹੈ ਨਾ ਸਟੋਕ ਦੀ, ਬਾਕੀ ਰੇਟਾਂ ਦੀ ਕੋਈ ਕਹਾਣੀ ਨਹੀਂ, ਮੁੰਡਿਆਂ ਨੂੰ 150 ਕੋਈ ਵੱਧ ਮਿਲੇ ਚੀਜ਼ ਮਿਲਣੀ ਚਾਹੀਦੀ ਸਾਰੀ ਹੈ ਨਾ, ਪਰ ਫਿਰ ਵੀ ਰੇਟ ਬਹੁਤ ਜਾਣਦਾ ਭਾਜੀ। ਹੋਰ ਕੋਈ ਸਪੈਸ਼ਲ ਆਫਰ ਤੁਹਾਡੇ ਵੱਲੋਂ ਹੁੰਦੀ ਹੋਵੇ, ਕੋਈ ਆਈਡੀ ਦੇਖ ਕੇ ਆਉਂਦਾ ਹੋਵੇ ਜਾਂ ਕੋਈ ਹੁਣ ਵੀਡੀਓ ਦੇਖ ਕੇ ਵੀ ਬੜਿਆਂ ਨੇ ਆਣਾ ਹੈਗਾ ਵਾ, ਐਡੀ ਕੋਈ ਗੱਲ ਨਹੀਂ ਹੈਗੀ, ਚਲੋ ਉਹਨਾਂ ਦਾ ਮਾਨ ਤਾਨ ਹੋ ਜਾਊਗਾ ਜਿੰਨੇ ਵੀ ਵੀਡੀਓ ਦੇਖ ਕੇ ਆਣਗੇ। ਬਾਕੀ ਆਪਣਾ ਭਰਾ ਵੀ ਆਇਆ ਹੈਗਾ ਨਾਲ, ਇਹਨੂੰ ਇਹਨੂੰ ਆਪਾਂ ਸ਼ੂਜ਼ ਗਿਫਟ ਕਰਨੇ, ਇਹਦੇ ਵਾਸਤੇ ਸੋਹਣੇ ਸ਼ੂਜ਼ ਨਹੀਂ ਦਿਖਾਣੇ ਹੈਗੇ ਆ, ਤੇ ਹੋਰ ਤੁਹਾਡੀ ਕੋਈ ਪ੍ਰੀਮੀਅਮ ਆਰਟੀਕਲ ਹੋਣ ਉਹ ਵੀ ਦਿਖਾਓ ਕੋਈ, ਚਲੋ ਬਾਕੀ ਇਹ ਸਟਾਕ ਚੈੱਕ ਕਰੋ ਤੁਸੀਂ ਭਾਜੀ ਕੋਲ,
ਕਾਫੀ ਆਰਟੀਕਲ ਪਏ ਆਪਣੇ ਕੋਲ ਹਰ ਇੱਕ ਮਤਲਬ ਮਿਲਣਗੇ ਹਨਾ ਧਮਾਕਾ ਹੀ ਹੈ ਪੂਰਾ ਹੈ ਭਾਜੀ ਧਮਾਕੇ ਫੁੱਲ ਭਾਜੀ ਸਪੋਰਟਸ ਮਿਲ ਜਾਏਗਾ ਹਾਈ ਐਂਕਲ ਮਿਲ ਜਾਏਗਾ ਫਲੈਟਸ ਮਿਲ ਜਾਣਗੇ ਭਾਜੀ ਹੈਨਾ ਅੱਛਾ ਸਭ ਮਤਲਬ ਇਹ ਦੇਖੋ ਆਪਣੇ ਕੋਲ ਕਲਰ ਚੇਂਜ ਵੀ ਪਿਆ 650 ਦੀ ਰੇਂਜ ਚ ਸਿਰਫ ਦੇਖੋ ਭਾਈ ਨੇ ਪੂਰੀ ਬੱਲੇ ਬੱਲੇ ਕਰਾਈ ਦੀ ਹੈਗੀ ਆ ਵਾਈਟ ਕਲਰ ਆ ਧੁੱਪ ਚ ਕਲਰ ਚੇਂਜ ਹੋ ਗਿਆ ਭਾਜੀ ਦਿਖਾਓ ਦੇਖੋ ਭਾਈ ਉਹ ਕਿਆ ਬਾਤ ਹੈ ਭਾਈ ਰੰਗ ਪੂਰਾ ਚੇਂਜ ਹੋ ਗਿਆ ਇਹਦੇ ਸਿਰਫ ਰੇਟ ਕੀ 650 ਰੁਪਿਆ 650 ਚ ਹਾਂਜੀ ਭਾਈ ਸਿਰਫ 650 ਚ ਕਿਆ ਬਾਤ ਹੈ ਮਤਲਬ ਬਹੁਤ ਖਤਰਨਾਕ ਆਈਟਮ ਆਪਣੇ ਕੋਲ ਹਰ ਰੋਜ਼ ਆਉਂਦੀਆਂ ਭਾਜੀ ਹਰ ਰੋਜ਼ ਡੇਲੀ ਆ ਦੇਖੋ ਆਪਣੇ ਕੋਲ ਚੈਲਸੀ ਮਿਲ ਜੇਗੀ ਰਿੰਕਲ ਫ੍ਰੀ ਚੈਲਸੀ ਦਾ ਬਹੁਤ ਟ੍ਰੈਂਡ ਆ ਅੱਜ ਕੱਲ 650 ਚ TPR 100 ਲੱਗਾ ਹੋਇਆ ਜਿਪ ਵੀ ਮਿਲ ਜੇਗੀ ਵਿਦਾਊਟ ਜਿਪ ਵੀ ਮਿਲ ਜੇਗੀ ਰੇਟ ਹੋਣ ਵਾਲਾ ਸਿਰਫ 650 ਰੁਪਿਆ ਕਿਆ ਬਾਤ ਹੈ ਹੋਰ ਕਾਫੀ ਆਰਟੀਕਲ ਆਪਣੇ ਕੋਲ ਦੇਖੋ ਸਨੀਕਰ ਦਾ ਕਾਫੀ ਟ੍ਰੈਂਡ ਆ ਭਾਜੀ 750 ਰੁਪਿਆ ਮੈਂ ਰੇਟ ਸਾਰੇ ਇੰਸਟਾ ਦੇ ਵੈਸੇ ਮੈਂਸ਼ਨ ਕੀਤੇ ਹੁੰਦੇ ਆ ਲਗਭਗ ਦੇਖੋ 750 ਰੁਪਏ ਮੈਂ ਸੋਚਿਆ ਕਿ ਵੀਡੀਓ ਬਣਾਉਣ ਕਰਕੇ ਰੇਟ ਘੱਟ ਕਹਿ ਰਿਹਾ ਨਹੀਂ ਨਹੀਂ ਤੁਸੀਂ ਮੇਰੀ ਇੰਸਟਾ ਖੋਲ ਲਓ ਰੇਟ ਸਾਰੇ ਦੇ ਚੜੇ ਹੁੰਦੇ ਆ ਲੋਫਰਾਂ ਕਈ ਵਾਰੀ ਜਿਹੜੀਆਂ ਹੁੰਦੀਆਂ ਇੱਥੋਂ ਸਾਈਡ ਤੋਂ ਲੱਗਦੀਆਂ ਹੈਗੀਆਂ ਵਾ ਕੁਛ ਨਹੀਂ ਹੋਏਗਾ ਬੱਡੇ ਭਾਜੀ ਕੋਈ ਪ੍ਰੋਬਲਮ ਆਏਗੀ ਵਾਪਸੀ ਕੀ ਬਾਤ ਹੈ ਕੋਈ ਪ੍ਰੋਬਲਮ ਆਜੀ ਲੋਫਰ ਉਖੜ ਕੇ ਕੇਵਲ ਲੱਗਦਾ ਕਿ ਸਸਤੀ ਲੋਫੜਾ 500 ਜਾਂ ਸਾਰੀ ਰੇਂਜਾਂ ਭਾਜੀ ਆਪਣੇ ਕੋਲ ਹਰ ਇੱਕ ਰੇਂਜ ਆ ਆਪਣੇ ਕੋਲ ਸਾਰਾ ਸਟਾਕ ਅਵੇਲੇਬਲ ਹੈਗਾ ਤੁਹਾਡੇ ਕੋਲ ਭਾਜੀ ਡੇਲੀ ਜੋ ਨਵਾਂ ਆਂਦਾ ਸਭ ਕੁਝ ਆਪਣੇ ਕੋਲ ਆਂਦਾ ਓਗੀ ਵਗੈਰਾ ਮਿਲ ਜੂਗਾ ਕਾਫੀ ਟ੍ਰੈਂਡਿੰਗ ਚੱਲ ਜਾਂਦਾ ਓਗੀ ਸਸਤੇ ਵਾਲਾ ਵੀ ਹੈਗਾ ਓਗੀ ਵਧੀਆ ਵਾਲਾ ਵੀ ਹੈਗਾ ਸਭ ਨਵੀਂ ਆਈਟਮਾਂ ਭਾਜੀ ਜੋ ਮਾਰਕੀਟ 'ਚ ਆ ਗਿਆ ਤੁਹਾਡੇ ਭਰਾ ਕੋਲ ਪੇਸ਼ ਹੋਣਾ ਹੀ ਹੋਣਾ ਉਹ ਤੇ ਬਾਕੀ ਵੀਰ ਭਰਾਵਾਂ ਨੇ ਵੀ ਕਾਫੀ ਹਨਾ ਰੌਣਕ ਲਾਈ ਹੋਈ ਆ ਹਾਂਜੀ ਹਾਂਜੀ ਰੌਣਕ ਲੱਗੀ ਰਹਿੰਦੀ ਹੈ ਬਸ ਚਲੋ ਮਾਲਕ ਦੀ ਕਿਰਪਾ ਭਾਜੀ ਬਿਲਕੁਲ ਬਿਲਕੁਲ ਤੁਹਾਡੇ ਭਰਾਵਾਂ ਕਰਕੇ ਭਾਜੀ ਪੂਰਾ ਦਿਨ ਰੌਣਕ ਹੀ ਲੱਗੀ ਰਹਿੰਦੀ ਆ ਤੇ ਨਹੀਂ ਹੁਣ ਸਾਡੇ ਭਰਾ ਨੂੰ ਕੀ ਦਿਖਾਓਗੇ ਤੁਸੀਂ ਭਾਈ ਦੱਸੋ ਹੁਕਮ ਕਰੋ ਕੀ ਪਾਏਗਾ ਦੱਸ ਦੇਖਦੇ ਬਈ ਕੋਈ ਬੂਟ ਬੂਟ ਫੇਰੇ ਕਿਹੜਾ ਚੈੱਕ ਕਰੀਏ ਫਿਰ ਸਾਈਜ਼ ਕਿੰਨਾ ਦਾ ਭਾਜੀ 8 ਨੰਬਰ ਕਿਹਦੇ ਦੇਖੀ ਫਿਰ ਕਿੱਦਾਂ ਦੇ ਪਾਉਣਾ ਹੁਣ ਤੂੰ ਬਲੈਕ ਸਪੋਰਟਸ ਚ ਲੈਣੇ ਆ ਜਿਹੜੇ ਭਾਈ ਨੇ ਉਧਰ ਰੱਖੇ ਦੇ ਉਹਦਾ ਨਹੀਂ ਉਹਦਾ ਦੇ ਕਿੱਦਾਂ ਦੇ ਉਹ ਸਪੋਰਟਸ ਲੈਣੇ ਉਹਨੇ ਛੋਟੇ ਮਿਲ ਜਾਣਗੇ ਭਾਈ ਸਾਈਜ਼ ਕਰ ਦੀ ਇਹਦੇ ਚ ਚੈੱਕ ਕਰੋ ਸਾਡੀ ਸਾਈਜ਼ ਤੁਹਾਡੇ ਹੋਣਾ ਭਾਈ 8 ਟ੍ਰਾਈ ਕਰੋ ਪਾ ਕੇ ਬੈਠ ਜਾਓ ਭਾਈ ਸਟੂਲ ਤੇ ਮਜ਼ੇ ਨਾਲ ਮੇਰੇ ਬਿਲਕੁਲ ਬਿਲਕੁਲ ਬੱਬਰ ਸਾਹਿਬ ਬੱਬਰ ਸਾਹਿਬ ਕੀ ਕਰਨਗੇ ਟ੍ਰਾਈ ਤੇ ਤੁਸੀਂ ਕਰਨਾ ਜਿਹੜਾ ਕਹੇਗਾ ਤੈਨੂੰ ਪਵਾ ਦਾਂਗੇ ਹੈ ਸੋਹਣੇ ਲੱਗ ਰਹੇ ਹੈਗੇ ਆ ਭਾਈ ਮੈਂ ਕਿਹਾ ਫੁੱਲ ਕੰਫਰਟੇਬਲ ਹੈ ਇੱਕ ਸਾਲ ਚਲਾਓਗੇ ਸ਼ੂਜ਼ ਦੱਬ ਕੇ ਐਰੇ ਚ ਹੋਰ ਕੋਈ ਮਤਲਬ ਗੀਅਰ ਚ ਬਲੈਕ ਵਿੱਚ ਹੈਗਾ ਹਾਂ ਹਾਂ ਕਲਰ ਹੋਰ ਵੀ ਆ ਗਿਆ ਭਾਈ ਇਹਦੇ ਚ ਆ ਦੇਖੋ ਇੱਕ ਆਪਣੇ ਕੋਲ ਮਿਲ ਜੇਗਾ ਐਡੀਡਾਸ 650 ਕੀ ਬਾਤ ਹੈ ਪਾ ਕੇ ਦੇਖੋ ਭਾਈ ਕਿੰਨੇ ਪਾ ਕੇ ਦੇਖ ਕਾਕਾ ਨਹੀਂ ਨਹੀਂ ਮੈਨੂੰ ਬਲੈਕ ਹੀ ਪਸੰਦ ਹੈ ਤੇ ਬਲੈਕ ਹੀ ਅੱਛਾ ਥੱਲੇ ਵਾਈਟ ਵਾਈਟ ਨਹੀਂ ਲੈਣਾ ਥੱਲੇ ਫੁੱਲ ਬਲੈਕ ਹੀ ਚਾਹੀਦਾ ਆਪਾਂ ਨੂੰ ਕਲਰ ਵੈਸੇ ਵੀ ਪਿਆਰਾ ਸੀ ਭਾਈ ਵਾਈਟ 650 ਭਾਈ ਕੋਈ ਹੋਰ ਹੈ ਬਲੈਕ ਚ ਹਾਂਜੀ 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 ਹੋਰ ਦਿਖਾ ਦਿਆਂ ਭਾਈ
750 ਰੁਪਿਆ ਤੇ 4 ਸਾਲ ਦੀ ਗਾਰੰਟੀ। 4 ਸਾਲ ਸ਼ੂ ਹੀ ਪੂਰਾ ਦੱਬ ਕੇ ਚਲਾਓਗੇ, ਕੋਈ ਕੰਪਲੇਂਟ ਆ ਗਈ ਵਾਪਸ ਦੇ ਦਿਓ ਸ਼ੂ ਤੇ ਨਵਾਂ ਲੈ ਜਾਓ। ਭਾਈ ਕੀ ਕਹਿ ਰਹੇ ਹੋ, ਝੂਠ ਤੇ ਨਹੀਂ ਬੋਲ ਰਹੇ ਤੁਸੀਂ? ਤੁਹਾਡੀ ਵੀਡੀਓ 'ਚ ਤੁਸੀਂ ਲਿਖ ਦੇਣਾ ਬਸ ਮੇਰਾ ਨੰਬਰ, ਡਰੈਸ ਦੇ ਦਿਓ, ਮੈਂ ਇੱਥੇ ਬੈਠਾ। 4 ਸਾਲ ਬੜੇ ਹੁੰਦੇ ਆ ਦੀ ਗਾਰੰਟੀ ਭਾਈ, ਜਿੰਨੇ ਚਿਰ ਰੱਜ ਨਹੀਂ ਹੁੰਦਾ ਕਸਟਮਰ ਦਾ। ਉਹ ਕੀ ਬਾਤ ਹੈ, ਆਫਰ ਵੀ ਪਈ ਹੈ ਗੂਜ਼ ਦੀ, ਹਰ ਇੱਕ ਕੋਈ ਨਹੀਂ ਮੇਰੇ ਤੋਂ ਲੋਕਲ ਆਫਰ ਸਾਰੇ ਵੇਚਦੇ ਆ। ਦਿਖਾਓ ਕਿਹੜੀ ਹੈ ਗੂਜ਼ ਦੀ ਭਾਈ, 1100 ਦੀ ਰੇਂਜ ਆ ਲੋਫਰ ਦੀ, 4-4 ਸਾਲ ਦੀ ਗਾਰੰਟੀ। ਕੀ ਬਾਤ, ਚੈੱਕ ਕਰੋ ਭਾਜੀ ਲੋਫਰ, ਜਿੰਨੇ ਦੇ ਰੱਜ ਨਹੀਂ ਹੋਏਗਾ ਨਾ ਕਸਟਮਰ ਦਾ, ਰੱਜ ਨਹੀਂ ਹੋਊਗਾ। ਇਹਦੇ ਤੇ ਵੀ ਗਾਰੰਟੀ ਆ ਕੋਈ? ਫੁੱਲ ਗਾਰੰਟੀ ਵੱਡੇ ਭਾਈ, ਫੁੱਲ ਗਾਰੰਟੀ। ਇਹਦੇ ਕਿੰਨੇ ਸਾਲਾਂ ਦੀ ਹੈ ਭਾਜੀ? 4 ਸਾਲ ਦੀ। ਓ ਕੀ ਬਾਤ, 4 ਸਾਲ ਦੀ ਗਾਰੰਟੀ ਭਾਜੀ, ਚੈੱਕ ਕਰੋ ਗੂਜ਼ ਦੀ ਲੋਫਰ। ਕੀ ਬਾਤ ਹੈ ਭਾਈ, ਫੁੱਲ ਲੈਦਰ ਆ, ਫੁੱਲ ਲੈਦਰ। ਆਸ਼ੂ ਚੈੱਕ ਕਰ ਭਾਈ ਕੋਲ ਲੋਫਰ, ਲੋਫਰ ਫੁੱਲ ਲੈਦਰ ਭਾਈ। ਗੱਲ ਹੋਈ ਸਸਤੀ ਰੇਂਜ ਦੀ ਹੈਗੀ, ਮਹਿੰਗੀ ਰੇਂਜ ਵੀ ਹੈਗੀ ਆਪਣੇ ਕੋਲ, ਹਰ ਇੱਕ ਰੇਂਜ ਆ ਭਾਜੀ, ਆਪਾਂ ਕਹਿੰਦੇ ਹਰ ਇੱਕ ਤਰ੍ਹਾਂ ਦਾ ਭਰਾ ਆਪਣੇ ਕੋਲ ਆਏ। ਦੇਖੋ ਬਾਈ ਬੱਕਲ ਵਾਲੀ ਲੋਫਰ ਵੀ ਮਿਲ ਜਾਏਗੀ, ਅੱਜ 500 ਵਾਲੀ ਵੀ ਹੈਗੀ ਆ, ਇਹਦੇ ਚ 1000 ਵਾਲੀ ਵੀ ਹੈਗੀ ਆ। ਹਾਈਐਸਟ ਕਿੰਨੇ ਵਾਲੀ ਆ ਭਾਈ? ਇਹ ਚ 1000 ਵਾਲੀ, 1100-1200 ਤੱਕ ਆਈ ਪਈ ਆਪਣੇ ਕੋਲ ਇਸਲੇ ਨਾ, ਫੁੱਲ ਜਿਹੜੀ ਅਸੀਂ 1700-1800 ਦੀ ਵਿਕਦੀ ਆ ਮਾਰਕੀਟ ਚ। ਕੀ ਬਾਤ ਹੈ, ਆਪਾਂ ਇਹਨੇ ਜੀ ਖੁਸ਼ ਕਰ ਦਈਦਾ। ਹਰ ਇੱਕ ਰੇਂਜ ਦੀ ਚੱਪਲ ਵੀ ਹੈਗੀ ਆ, ਹੁਣ ਥੋੜੇ ਦਿਨ ਤੱਕ ਮਤਲਬ ਚੱਪਲ ਆ ਰਹੀ ਜਿੱਥੇ ਆਪਣਾ ਟੈਗ ਲੱਗਾ ਹੋਏਗਾ, ਅਭੀ ਮੈਂ ਅੱਜ ਦੱਸਿਆ ਨਹੀਂ ਤੁਹਾਡੀ ਵੀਡੀਓ 'ਚ, ਦੱਸਦਾ ਵੀ ਪਹਿਲੀ ਵਾਰ। ਠੀਕ ਹੈ, ਆਪਣੀ ਚੱਪਲ ਤਿਆਰ ਕਰਨੀ ਦੇਤੀ, ਉਹ ਤੇ ਲਿਖੋਇਆਗਾ ਹਮਦੂਮ ਕਲੈਕਸ਼ਨ, ਮੈਨੂਫੈਕਚਰਿੰਗ ਹੋ ਗਈ ਤੇ ਆਪਣੀ ਕੀਤੀ ਬਾਈ, ਉਹਦੇ 'ਚ ਆਪਣਾ ਲੋਗੋ ਲੱਗਾ ਹੋਇਆ ਹਮਦੂਮ ਕਲੈਕਸ਼ਨ ਦਾ। ਜਲਦੀ ਥੋੜੇ ਟਾਈਮ ਤੱਕ ਆਪਣੇ ਸ਼ੂਜ਼ ਵੀ ਆਣਗੇ, ਤੇ ਸ਼ੂਜ਼ ਦੇ ਲਿਖੋਇਆ ਹੈਗਾ ਜਿਹਦਾ ਨਾਈਕੀ ਲਿਖੋਇਆ ਤੇ ਲਿਖੋਇਆਗਾ ਹਮਦੂਮ ਕਲੈਕਸ਼ਨ। ਠੀਕ ਹੈ, ਬਸ ਤੁਹਾਡੇ ਭਰਾਵਾਂ ਕਰਕੇ ਚੱਪਲ ਆ ਰਹੀ, ਜਲਦੀ ਆ ਰਹੀ ਹੈ ਉਹ। ਠੀਕ ਹੈ, ਉਹ ਬਸ ਤਿਆਰ ਕਰਨੇ ਦੇਤੀ ਆ। ਬਾਕੀ ਆਪਣੇ ਹਰ ਇੱਕ ਰੇਂਜ ਦੀ ਚੱਪਲ ਹੁੰਦੀ ਹੈ ਭਾਜੀ, 200-250, 450 ਤੱਕ ਜਾਂਦੀ ਹੈ ਭਾਜੀ ਚੱਪਲ। ਕੀ ਬਾਤ, ਹਰ ਇੱਕ ਰੇਂਜ ਭਾਜੀ, ਗੱਲ ਉਹੀ ਹੈ ਕਿ ਆਪਣੇ ਕੋਲ ਹਰ ਤਰ੍ਹਾਂ ਦੇ ਭਰਾ, ਸਾਰਿਆਂ ਦਾ ਸਾਥ ਦੇਣਾ ਹੈਗਾ ਤੁਸੀਂ, ਕੋਈ ਨਾਰਾਜ਼ ਹੋ ਕੇ ਨਾ ਜਾਏ, ਨਾਰਾਜ਼ ਹੋ ਕੇ ਜਾਏ ਕੋਈ, ਜੇ ਕਿਸੇ ਦੀ ਜੇਬ 'ਚ ਘੱਟ ਪੈਸੇ ਵੀ ਆ ਤੇ ਕੋਈ ਚੱਕਰ ਨਹੀਂ ਭਾਜੀ, ਤੁਹਾਨੂੰ ਦਿਲ ਲੱਗਣੇ ਚਾਹੀਦਾ ਬਸ, ਪੈਸੇ ਦੀ ਕੋਈ ਗੱਲ ਨਹੀਂ ਭਾਜੀ। ਬਿਲਕੁਲ ਭਾਈ, ਬਹੁਤ ਵਧੀਆ ਭਾਈ, ਬਹੁਤ ਵਧੀਆ। ਪਿੰਟੂ ਘਰ ਪਸੰਦ ਕਾਕਾ? ਕਿਹੜਾ ਪਿਆਰਾ ਸ਼ੂਜ਼ ਹੈ, ਪਿਆਰਾ ਸ਼ੂਜ਼ ਹੈ। 4 ਸਾਲ ਦੀ ਇਹਦੀ ਵੀ ਭਾਜੀ, ਫੁੱਲ ਗਾਰੰਟੀ ਚਲਾਓਗੇ ਦੱਬ ਕੇ। ਵਾਹ ਠੀਕ ਹੈ, 4 ਸਾਲ ਦੀ ਗਾਰੰਟੀ ਹੋਰ ਕੀ ਚਾਹੀਦਾ? ਬਾਕੀ ਗੱਲ ਹੋਣਾ ਹੀ, ਕਸਟਮਰ ਵੀ ਕਹਿੰਦੇ ਕਹਿੰਦੇ ਚੇਂਜ ਕਰਾਉਣਾ, ਪੈਕ ਕਰ ਲਓ, ਆਹੀ ਕਹਿੰਦੇ ਭਾਵੇਂ 4 ਸਾਲ ਬਾਅਦ ਚੇਂਜ ਕਰਾਉਣੇ ਯਾਰ। 4 ਸਾਲ ਬਾਅਦ? ਕੋਈ ਗੱਲ ਨਹੀਂ, ਚਲ ਕੀ ਬਾਤ ਹੈ, ਦਿਲ ਲੱਗਣੇ ਚਾਹੀਦਾ ਬਸ, ਚੇਤਾ ਰੱਖੋਗੇ ਨਾ 4 ਸਾਲ ਬਾਅਦ? ਚੇਤਾ ਪੂਰਾ ਪੂਰਾ, ਕੋਈ ਗੱਲ ਨਹੀਂ, ਠੀਕ ਹੈ, ਆਜੋ ਚੇਂਜ ਕਰਾਉਣ ਭਾਜੀ। ਕੀ ਬਾਤ ਹੈ, ਪੱਕਾ ਪਸੰਦ ਆ ਨਾ ਤੈਨੂੰ? ਨਹੀਂ ਦੇਖ ਲੈ ਬਿੰਦੂ, ਉੱਥੇ ਜਾ ਕੇ ਕਹੇਗਾ ਕਿ ਨਹੀਂ ਯਾਰ ਬੱਬਰ ਮੈਨੂੰ ਆਹ ਨਹੀਂ ਪਸੰਦ ਸੀ ਤੇ ਮੈਂ ਨਹੀਂ ਪਾਉਣਾ ਹੈਗਾ, ਕਿਉਂਕਿ ਚੀਜ਼ ਉਹ ਲੈਣੀ ਜਿਹੜੀ ਪਾ ਵੀ ਸਕੇ ਤੂੰ, ਜੇ ਮੁੜ ਕੇ ਪਾਣੀ ਨਹੀਂ ਤੇ ਫਿਰ ਔਖਾ ਹੋ ਜਾਊਗਾ। ਦੇਖ ਲੈ, ਹਲੇ ਵੀ ਕੋਈ ਗੱਲ ਨਹੀਂ, ਪ੍ਰੈਸ਼ਰ ਥੋੜ੍ਹੀ ਹੈ ਤੈਨੂੰ ਕਿਸੇ 'ਤੇ, ਚੀਜ਼ ਤੂੰ ਪਾਣੀ ਆ, ਪਾਏਗਾ ਨਹੀਂ ਤੇ ਫਿਰ ਫਾਇਦਾ ਕੀ ਹੋਣਾ, ਪਾ ਲੇਗਾ ਨਾ ਪੱਕਾ, ਠੀਕ ਹੈ, ਨਹੀਂ ਤੇ ਘੈਂਟ ਦੇ ਵਿੱਚ ਫਰਕ ਹੈ, ਫਰਕ ਹੈਗਾ ਘੈਂਟ ਦਾ, ਘੈਂਟ ਪੱਕਾ ਪਾ ਲੇਗਾ, ਬੂਟ ਜ਼ਰਾ ਸੋਹਣਾ ਲੱਗੇ ਕਰਦਾ ਆ ਯਾਰ, ਮੈਨੂੰ ਨੀ ਪਸੰਦ ਆਇਆ ਆ, ਮੈਨੂੰ ਪਸੰਦ ਆ ਆ, ਆਹ ਭਾਵੇਂ ਲੈ ਲਾ ਤੂੰ, ਹਾਂ ਆਹ ਪਾ ਲਾ, ਮੈਨੂੰ ਪਸੰਦ ਆ, ਆ ਪਾ ਕੇ ਦੇਖ ਲਾ, ਮੈਂ ਪਾਏ ਬਲੈਕ, ਹਾਂ ਤੇ ਫਿਰ ਤੂੰ ਪਾ ਲਾ, ਫਿਰ ਸ਼ਰਮਾਨ ਕਿਉਂ ਡਿਆ, ਹੈ ਹਾਂ ਤੇ ਇਹ 'ਚ ਕਢਾ ਲਾ, ਕੋਈ ਗੱਲ ਨਹੀਂ ਇਹ 'ਚ ਕਢਾ ਲਾ, ਇਹ 'ਚ ਕਢਾ ਦਈਏ, ਹੈ ਇਹਨੂੰ ਪਿਓਰ ਬਲੈਕ ਹੀ ਕਢਾ ਦੇ, ਇਹਨੇ ਪਿਓਰ ਬਲੈਕ ਹੀ ਪਾਉਣਾ, ਇਹ 'ਚ ਕਢਾ ਦੇ ਵੱਡੇ ਭਾਜੀ, ਮੁੰਡੇ ਨੂੰ ਮੇਰੇ ਨਾਲ ਆਰਟੀਕਲ ਕੱਢਿਓ, ਮੇਰੇ ਮੁੰਡੇ ਨੂੰ, ਮੇਰੇ ਮੁੰਡੇ, ਮੇਰੇ ਮੁੰਡੇ ਨੂੰ ਨਹੀਂ ਭਾਜੀ, ਭਾਜੀ ਇਹ ਜਿੱਦਾਂ ਪੂਰਾ ਹੈਗਾ ਮਤਲਬ ਥੱਲੇ ਸੋਲ ਵਾਈਟ ਹੈਗਾ ਤੇ ਇਹਦੇ 'ਚ ਬਲੈਕ ਹੈਗਾ ਪਿਓਰ,
ਐਡੀਡਾਸ ਚ ਤੇ ਨੀ ਨਾਈ ਨਾਈਕੀ ਚ ਕਿੱਥੇ ਆ ਐ ਅੱਛਾ ਨਾਈਕੀ ਚ ਲਿਆਓ ਇਹ ਦੇ ਦਿਓ ਫਿਰ ਮੈਨੂੰ 8 ਨੰਬਰ ਭਾਈ ਹੋਰ ਕੋਈ ਮਤਲਬ ਕਿ ਇਨਫੋਰਮੇਸ਼ਨ ਤੁਸੀਂ ਦੇਣਾ ਚਾਹੁੰਦੇ ਹੋਵੋਗੇ ਜਿਹੜੀ ਆਪਾਂ ਮਿਸ ਕੀਤੀ ਹੋਏ ਕਿਉਂਕਿ ਮੈਂ ਵੀਡੀਓ ਦੇ ਸਟਾਰਟਿੰਗ 'ਚ ਸਾਰੀ ਚੀਜ਼ਾਂ ਦੱਸ ਦਿੱਤੀਆਂ ਹੈਗੀਆਂ ਕਿਉਂਕਿ ਮੇਨ ਹੁੰਦਾ ਐਡਰੈਸ ਫੋਨ ਨੰਬਰ ਟਾਈਮਿੰਗ ਹੈ ਨਾ ਉਹ ਸਾਰਾ ਤੁਸੀਂ ਕਲੀਅਰ ਕਰ ਦਿੱਤਾ ਹੈਗਾ ਵਾ ਬਾਕੀ ਕਿਹੜੀ ਕਿਹੜੀ ਤੁਹਾਡੇ ਕੋਲ ਆਰਟੀਕਲਸ ਅਵੇਲੇਬਲ ਹੈਗੇ ਆ ਉਹ ਤੁਸੀਂ ਆਪ ਹੀ ਦੱਸਦੇ ਹੈਗੇ ਆ ਸਾਰੇ ਹੈ ਨਾ ਕਿਹੜੇ ਕਿਹੜੇ ਹੈਗੇ ਆ ਮੋਸਟਲੀ ਤੁਹਾਡੇ ਕੋਲ ਸਾਰੇ ਅਵੇਲੇਬਲ ਹੈਗੇ ਆ ਸਭ ਮਿਲਦਾ ਬਈ ਆਪਣੇ ਕੋਲ ਹਰੇ ਕਾਰਡ ਮੰਦੀ ਆ ਹੈ ਨਾ ਤੇ ਜੇ ਕੋਈ ਵੀਰ ਭਰਾ ਕੋਈ ਸ਼ੂਜ਼ ਦੀ ਕਮੀ ਹੋਏ ਤੇ ਤੁਹਾਡੇ ਕੋਲ ਆ ਸਕਦਾ ਹੈਗਾ 100-200 ਘੱਟ ਦੇ ਕੇ ਲੈ ਜੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ ਬਿਲਕੁਲ 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 ਇਹ ਵੀ ਪਿਆਰ ਮੁਹੱਬਤ ਹੁੰਦੀ ਹੈ ਭਾਜੀ ਦਿਲ ਲੱਗਣੇ ਚਾਹੀਦਾ ਬਸ ਦੀ ਗੱਲ ਉਹੀ ਆ ਕੀ ਬਾਤ ਹੈ ਦਿਲ ਲੱਗੇ ਆਸ਼ਕਾਂ ਪਾ ਦਿਲ ਲੱਗਿਆ ਤੇ ਤਾਈਓ ਆਪਾਂ ਪਠਾਨਕੋਟ ਛੱਡ ਕੇ ਆਏ ਛੱਡ ਕੇ ਅਡਵਾ ਗਏ ਗੱਲ ਤਾਂ ਸਹੀ ਹੈ ਐ ਪਿਆਰ ਹੈ ਨਾ ਐ ਪਿਆਰ ਹੈ ਅੱਜ ਦੀ ਗੱਲ ਹੈਗਾ ਸੁਣਾਉਣ ਮੇਰੇ ਕੋ ਜੰਮੂ ਤੋਂ ਮੇਰੇ ਕੋ ਹਰ ਰੋਜ਼ ਇਹ ਕਾਫੀ ਦੂਰ ਦੂਰ ਤੋਂ ਕਸਟਮਰ ਆਉਂਦੇ ਆ ਨਾ ਬਿਲਕੁਲ ਅੱਜ ਵੀ ਜੰਮੂ ਤੋਂ ਕਸਟਮਰ ਆਏ ਤੇ ਮਤਲਬ 7-8 ਪੇੜ ਲੈ ਕੇ ਗਏ ਉਹਨਾਂ ਨੇ ਇਹੀ ਗੱਲ ਕੀ ਕਹਿੰਦੇ ਭਾਜੀ ਐ ਨਹੀਂ ਸੋਚ ਗਿਆ ਆਪਾਂ ਆਏ ਕਿ ਰੇਟ ਘੱਟ ਆ ਜਾਣਾ ਕਹਿੰਦੇ ਭਾਜੀ 1500 ਤੇਲ ਫੂਕ ਦਿੱਤਾ ਇੱਕ ਪਿਆਰ ਹੀ ਕਿ ਭਾਜੀ ਕੋ ਜਾਣਾ ਯਾਰ ਸ਼ੂਜ਼ ਲੈ ਕੇ ਆਣੇ ਕਹਿੰਦੇ ਭਾਈ ਲੈਸ ਲੂਸ ਨਹੀਂ ਸੋਚਿਆ ਕਿ ਹਨਾ ਕੀ ਕਰਦੇ ਭਾਈ ਕਿੰਨੀ ਲੈਸ ਦੇ ਦੋਗੇ ਕਹਿੰਦਾ ਯਾਰ ਨਹੀਂ ਨਹੀਂ ਬਿਲਕੁਲ ਤੇਲ ਹੀ ਫੂਕਦਾ ਟਾਈਮ ਵੀ ਬਣਿਆ ਬਿਲਕੁਲ ਪਰ ਇੱਕ ਪਿਆਰ ਹੈ ਨਾ ਬਸ ਨਹੀਂ ਸਾਨੂੰ ਵੀ ਗੱਲਬਾਤ ਕਰਕੇ ਵਧੀਆ ਲੱਗਿਆ ਹੈਗਾ ਤੁਹਾਡੇ ਨਾਲ ਤਾਈਓ ਇੰਨੀ ਦੂਰ ਤੋਂ ਆਏ ਆ ਬਾਰ-ਬਾਰ ਕਹਿ ਰਿਹਾ ਹੈਗਾ ਵਾ ਨਹੀਂ ਨਹੀਂ ਬਿਲਕੁਲ ਤੇ ਬਾਕੀ ਸਾਰੇ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਹੈਗੇ ਨੇ ਸਾਨੂੰ ਦੇਖਦੇ ਹੈਗੇ ਆ ਸਾਰਿਆਂ ਨੂੰ ਇਹੀ ਰਿਕੁਐਸਟ ਹੈਗੀ ਇੱਕ ਵਾਰੀ ਭਾਜੀ ਕੋਲ ਆਓ ਤੇ ਬੂਟ ਨਹੀਂ ਵੀ ਲੈਣੇ ਕੋਈ ਚੱਕਰ ਨਹੀਂ ਭਾਈ ਨੂੰ ਮਿਲ ਕੇ ਜਾਓ ਬੂਟ ਆਪੇ ਤੁਹਾਨੂੰ ਦੇ ਕੇ ਤੋਰਨਗੇ ਜਿੱਦਾਂ ਦੀ ਭਾਈ ਦੀ ਨੇਚਰ ਹੈਗੀ ਆ ਕਸਟਮਰ ਨਾ ਕਈ ਵਾਰ ਆਉਂਦੇ ਆਪਣੇ ਮਤਲਬ ਫੋਨ ਵੀ ਆਉਂਦੇ ਨਾ ਪਹਿਲੇ ਪੁੱਛੇ ਭਾਈ ਕੀ ਹਾਲ ਚਾਲ ਆ ਠੀਕ ਠਾਕ ਮਤਲਬ ਇੱਕ ਨਾ ਬੜੀ ਖੁਸ਼ੀ ਹੁੰਦੀ ਆ ਰੇਟ ਤਾਂ ਸਾਰੇ ਪੁੱਛਦੇ ਆ ਮਤਲਬ ਹਾਲ ਚਾਲ ਪੁੱਛ ਕੇ ਜਰਾ ਮਜ਼ਾ ਆਉਂਦਾ ਫੋਨ ਕਰਕੇ ਬਸ ਉਹੀ ਪਿਆਰ ਹੁੰਦਾ ਭਾਜੀ ਬਿਲਕੁਲ ਪਿਆਰ ਬਣਿਆ ਰਹਿੰਦਾ ਤੇ ਭਾਈ ਇੱਕ ਵਾਰੀ ਨਾ ਤੁਸੀਂ ਆਪਣਾ ਫੋਨ ਨੰਬਰ ਬੋਲ ਕੇ ਵੀ ਦੱਸ ਦਿਓ ਆਈਡੀ ਬੋਲ ਕੇ ਦੱਸ ਦਿਓ ਮੇਰੀ ਇੰਸਟਾ ਪਹਿਲੇ ਵੀ ਹੈਗੀ ਭਾਈ ਇੱਕ ਗੱਲ ਦੱਸਾਂ 4-5 ਇੰਸਟਾਗ੍ਰਾਮ ਮੇਰੀ ਪਹਿਲੇ ਹੀ ਬੰਦ ਹੋ ਗਈਆਂ ਮੇਰਾ ਅਕਾਊਂਟ ਪਹਿਲਾਂ ਮਤਲਬ ਜਿਹੜਾ ਬੰਦ ਹੋਇਆ ਸੀ 15 ਕੀ ਡਿਸੇਬਲ ਹੋਇਆ ਅਕਾਊਂਟ ਠੀਕ ਹੈ ਮੇਰਾ ਅਕਾਊਂਟ ਪਹਿਲੇ ਵੀ ਵਧੀਆ ਚੱਲਦਾ ਸੀ ਫਿਰ ਨਵਾਂ ਬਣਾਇਆ ਬਾਬੇ ਕੀ ਆਪਣਾ ਫਿਰ ਵਧੀਆ ਚੱਲੀ ਜਾਂਦਾ ਹੈ ਨਾ ਕਿ ਮਤਲਬ ਸ਼ਾਇਦ ਚੰਗੇ ਕਦਮ ਕੀਤੇ ਕੋਈ ਨਹੀਂ ਜਲਦੀ ਫਿਰ ਤੋਂ ਗਰੋਥ ਹੋ ਗਈ ਹੈ ਬਿਲਕੁਲ ਬਾਕੀ ਆਪਣੀ ਇੰਸਟਾਗ੍ਰਾਮ ਆਈਡੀ ਹਮਤੁਮ ਕਲੈਕਸ਼ਨ 02 ਤੇ ਨਾਮ ਦੇ ਉਸ ਤੋਂ ਬਾਅਦ ਆਪਣਾ ਕੀ ਕਹਿੰਦੇ ਆ ਉਹ ਹੈ ਆਪਣਾ ਨੰਬਰ ਮੋਬਾਈਲ ਨੰਬਰ 8288-09240 ਠੀਕ ਆ ਭਾਜੀ ਬਾਕੀ ਦੀ ਕਾਲ ਕਰ ਸਕਦੇ ਹੋ ਕਈ ਵਾਰ ਥੋੜੇ ਬੀਜ਼ੀ ਹੋਏ ਫੋਨ ਨਾ ਚੱਕੀਏ ਤੁਸੀਂ WhatsApp ਕਰ ਸਕਦੇ ਹੋ WhatsApp ਵੀ ਕਰ ਸਕਦੇ ਹੈਗੇ ਆ WhatsApp ਮੈਸੇਜ ਕਰ ਸਕਦੇ ਹੋ ਭਾਈ ਸ਼ਿਪਿੰਗ ਚਾਰजेस ਵਗੈਰਾ ਭਾਈ ਸ਼ਿਪਿੰਗ ਚਾਰਜ ਜਿੱਦਾਂ ਕਿ ਪੰਜਾਬ ਦਾ ਜੇ ਆਪਾਂ 100 ਰੁਪਿਆ ਲੰਨੇ ਆ ਕਿਤੇ ਵੀ ਬੈ ਕੇ ਮੰਗਵਾ ਲਓ ਪੰਜਾਬ ਤੋਂ ਬਾਹਰ ਮਤਲਬ 120-130 ਹੈ ਨਾ ਮਤਲਬ ਮੈਂ ਪੋਸਟ ਆਫਿਸ ਥਰੂ ਭੇਜਦਾ ਬੜੇ ਭਾਈ ਜੋ ਲੱਗਦਾ ਉਹ ਦੱਸ ਦਿੰਦਾ ਨਾਲ ਹੀ ਨਾਲੀ ਸਲਿੱਪ ਭਰ ਕੇ ਭੇਜ ਦਈ ਆ ਠੀਕ ਹੈ ਭਾਈ ਚਾਰਜ ਲੱਗਿਆ ਠੀਕ ਹੈ ਭਾਜੀ ਹੋ ਗਏ ਭਾਈ ਹੋ ਗਏ ਸਿਲੈਕਟ ਹਾਂਜੀ ਹਾਂਜੀ ਇਹ ਲੱਲੇ ਅਸੀਂ ਇਹ ਸ਼ੂਜ਼ ਪਸੰਦ ਆ ਗਏ ਆ ਇਹ ਪਾ ਕੇ ਅਸੀਂ ਕੱਲ ਜਾਵਾਂਗੇ ਚੰਬਾ ਠੀਕ ਹੈ ਪੋਲੇ ਪੋਲੇ ਪਿਆਰ ਰੱਖਾਂਗੇ ਤੇ ਭਾਈ ਨੂੰ ਯਾਦ ਰੱਖਣਾ 4 ਸਾਲ ਦੀ ਗਰੰਟੀ ਹੈ ਜਿੱਥੇ ਜਿੱਥੇ ਹਿਮਾਚਲ 'ਚ ਜਾਏਗਾ ਉੱਥੇ ਉੱਥੇ ਭਾਈ ਦੇ ਦੱਸਣਾ ਵੀ ਹੈਗਾ ਸਾਰਿਆਂ ਨੂੰ ਠੀਕ ਹੈ ਤੇ ਭਾਜੀ ਮੈਂ ਕਹਿੰਦਾ ਕਿ ਇਹਨੂੰ ਆਪਾਂ ਦੇਦਾ ਕਰਾਂਗੇ ਹੋਲਸੇਲ ਰੇਟ ਤੇ ਸ਼ੂਜ਼ ਆਪੇ ਹਿਮਾਚਲ ਵੇਚ ਆਇਆ ਕਰੇਗਾ ਬਿਲਕੁਲ ਬਿਲਕੁਲ ਕਿਉਂ ਅਸੀਂ ਦੁਕਾਨਦਾਰ ਆਂਦੇ ਮੈਂ ਹਿਮਾਚਲ ਦੇ ਜੰਮੂ ਦੇ ਆਪਾਂ ਦੇ ਹਾਂਜੀ ਹਾਂਜੀ ਤੇ ਥੋੜਾ ਬੋਤਾ ਹੋਲਸੇਲ ਵੀ ਕਰੀਦਾ ਵੀਡੀਓ 'ਚ ਮੈਂ ਇੰਸਟਾਗ੍ਰਾਮ ਤੇ ਬੋਲਦਾ ਕਿ ਵਾਰ ਜਦੋਂ ਮੈਂ ਮਾਲ ਆਉਂਦਾ ਇਕੱਠਾ ਹਾਂਜੀ ਹਾਂਜੀ ਕਿ ਥੋੜਾ ਬੋਤਾ ਹੋਲਸੇਲ ਮਾੜਾ ਮੋਟਾ ਚੱਲੀ ਜਾਂਦਾ ਨਾਲ ਚਲੋ ਹੋ ਗਿਆ ਠੀਕ ਹੈ ਚਲੀਏ ਫਿਰ ਤੇ ਪੈਕ ਕਰਾ ਦਿਓ ਫਿਰ ਭਾਜੀ ਕੋਲ ਕਹਿ ਭਾਈ ਕਰ ਦਿਓ ਪੈਕ ਇਹ ਭਾਜੀ ਨਾਲ ਕਰਦੇ ਆ ਗੱਲਬਾਤ ਭਾਜੀ ਵੀ ਕਾਫੀ ਦੂਰ ਤੋਂ ਆਏ ਭਾਈ ਕਿੱਥੋਂ ਆਏ ਤੁਸੀਂ ਭਾਈ ਕੋਲ ਸਸੀਕਲ ਭਾਈ ਸਸੀਕਲ ਜੀ ਕਿੱਥੋਂ ਆਏ ਭਾਈ ਭਾਈ ਆਪਾਂ ਆਏ ਆ ਗੁਰਦਾਸਪੁਰ ਲੱਗੇ ਆਪਣਾ ਪਿੰਡ ਆ ਤਾਲਪੁਰ ਪਨੋਰੀ ਲੱਗੇ ਮਤਲਬ ਕਿ ਸਾਨੂੰ ਆਪਾਂ 2-3 ਵਾਰੀ ਇਹਨਾਂ ਕੋ ਬੂਟ ਲੈ ਗਏ ਆ ਬਹੁਤ ਵਧੀਆ ਬੂਟ ਆ ਇਹਨਾਂ ਦੇ ਬਿਲਕੁਲ ਤੇ ਭਾਈ ਦਾ ਨੇਚਰ ਵੀ ਬਹੁਤ ਵਧੀਆ ਲੱਗਾ ਆਪਣੇ ਨੂੰ ਬਿਲਕੁਲ ਤੇ ਬੜੇ ਵਧੀਆ ਡੀਲ ਕਰਦੇ ਆ ਬੰਦੇ ਨੂੰ ਜੋ ਜੇ ਲੈਸ ਕਰੋ ਲੈਸ ਵੀ ਕਰਾ ਦਿੰਦੇ ਥੋੜੇ ਬੋਤੇ ਜੇ ਹੋਏ ਮਾਨਤਮਾ ਜਿੰਨਾ ਵੀ ਤੇ ਗਰੰਟੀ ਵੀ ਦਿੰਦੇ ਆ ਗਰੰਟੀ ਵੀ ਦਿੰਦੇ ਆ 4 ਸਾਲ ਦੀ ਮੇਰਾ ਵੀ ਸਾਰੇ ਆਓ ਤਾਰਾਗੜ ਲੱਗੇ ਭਾਈ ਦੀ ਦੁਕਾਨ ਆ ਬਹੁਤ ਵਧੀਆ ਭਾਈ ਆ ਤੁਸੀਂ ਅੱਜ ਕੀ ਲੈ ਕੇ ਜਾ ਰਹੇ ਹੋ ਪਹਿਲਾਂ ਇਹ ਦੱਸੋ ਨਾ ਬੂਟ ਲੈ ਕੇ ਜਾ ਰਹੇ ਆ ਅੱਜ ਅੱਛਾ ਤੇ ਬਾਕੀ ਬੜੇ ਵਧੀਆ ਡੀਲ ਮਿਲ ਗਈ ਨਾ ਬਹੁਤ ਵਧੀਆ ਭਾਜੀ ਬਹੁਤ ਵਧੀਆ ਮਹਾਰਾਜ ਦੀ ਕਿਰਪਾ ਭਾਈ ਹੋਰ ਵੀਰ ਭਰਾ ਇਹ ਨਾਲ ਭਾਈ ਆਪਣੇ ਭਰਾ ਨੇ ਬੂਟ ਲਏ ਨੇ ਤੁਸੀਂ ਕੀ ਲਿਆ ਭਾਜੀ ਭਾਈ ਸੂਜ ਲਏ ਆਪਾਂ ਵੀ
ਤੇ ਕਿੱਦਾਂ ਵਧੀਆ ਲੱਗਿਆ? ਚਲੋ ਤੁਸੀਂ ਵੀ ਨਾਲ ਹੀ ਲਏ ਆ, ਚਲੋ ਵਧੀਆ ਲੱਗਾ ਨਾ ਸਾਰਾ। ਚਲੋ ਠੀਕ ਆ ਭਾਜੀ, ਚਲੋ ਸ਼ੁਕਰੀਆ ਭਾਜੀ, ਥੈਂਕ ਯੂ। ਠੀਕ ਆ ਭਾਜੀ, ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਥੈਂਕ ਯੂ ਸੋ ਮਚ, ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਇੱਦਾਂ ਹੀ ਮਿਲਦੇ ਰਹਾਂਗੇ, ਕਦੀ ਪਠਾਨਕੋਟ ਗੇੜਾ ਲੱਗੇ ਸਾਨੂੰ ਸੇਵਾ ਦਾ ਮੌਕਾ ਦਿਓ। ਹਾਂਜੀ, ਤੇ ਗਾਈਜ਼ ਆਪਾਂ ਭਾਜੀ ਕੋਲ ਆਏ ਸੀ ਹਮਤੁਮ ਕਲੈਕਸ਼ਨ ਤਾਰਾਗੜ੍ਹ ਦੇ ਵਿੱਚ, ਜਿੱਥੇ ਕਿ ਭਾਜੀ ਬਹੁਤ ਪਿਆਰੇ ਪਿਆਰੇ ਆਰਟੀਕਲ ਸ਼ੂਜ਼ ਦੇ ਵੇਚਦੇ ਹੈਗੇ ਨੇ। ਹਰ ਇੱਕ ਟਾਈਪ ਦਾ ਇਹਨਾਂ ਕੋਲ ਸ਼ੂਜ਼ ਆਰਟੀਕਲ ਹੁੰਦਾ ਹੈਗਾ ਵਾ। ਅਤੇ ਬਾਕੀ ਭਾਜੀ ਨਾਲ ਗੱਲਬਾਤ ਕੀਤੀ, ਬਹੁਤ ਵਧੀਆ ਲੱਗਿਆ। ਸਾਰਿਆਂ ਨੂੰ ਇਹੀ ਹੈ ਕਿ ਆਓ ਸਾਰੇ ਜਣੇ ਭਾਜੀ ਕੋਲ ਸ਼ੂਜ਼ ਵਗੈਰਾ ਲੈ ਕੇ ਜਾਓ। ਬਾਕੀ ਵੀਡੀਓ ਨੂੰ ਤੁਸੀਂ ਲਾਈਕ ਕਰਨਾ, ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈਗਾ, ਵੀਡੀਓ ਵਧੀਆ ਲੱਗੇਗੀ ਅਤੇ ਹੋਰ ਵੀ ਤੁਹਾਡੇ ਲਈ ਇੱਦਾਂ ਦੀ ਵੀਡੀਓ ਆਪਾਂ ਲੈ ਕੇ ਆਈਏ, ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਹੈਗਾ ਵਾ। ਬਾਕੀ ਇਹ ਭਰਾਵਾਂ ਨੂੰ ਪੁੱਛ ਲੈਂਦੇ ਹੈਗੇ ਆ, ਪਿੰਟੂ ਕਿੱਦਾਂ ਲੱਗਿਆ ਤੈਨੂੰ ਗਿਫਟ? ਬਹੁਤ ਵਧੀਆ ਲੱਗਿਆ ਭਾਈ ਗਿਫਟ। ਹੈਂ, ਚੰਗਾ ਲੱਗਿਆ? ਬਹੁਤ ਲੱਗਿਆ ਭਾਈ ਗਿਫਟ, ਬਹੁਤ ਵਧੀਆ। ਚੱਲ ਥੈਂਕ ਯੂ ਭਰਾ, ਥੈਂਕ ਯੂ ਭਾਈ। ਓ ਥੈਂਕ ਯੂ, ਥੈਂਕ ਯੂ, ਥੈਂਕ ਯੂ ਭਾਜੀ। ਕੋਈ ਗੱਲ ਨਹੀਂ, ਅਸੀਂ ਭਾਈ ਬੂਟ ਲੈ ਲਿਆ, ਅਸੀਂ ਬੂਟ ਆਪਣੇ ਗੱਡੀ 'ਚ ਰੱਖਦੇ ਹਾਂ ਟਿੱਕੀ 'ਚ, ਕੋਈ ਚੁੱਕ ਕੇ ਨਾ ਲੈ ਜੇ। ਠੀਕ ਹੈ, ਤੇ ਕਲੈਕਸ਼ਨ ਕਿੱਦਾਂ ਲੱਗੀ ਤੁਹਾਨੂੰ ਸਾਰਿਆਂ ਨੂੰ? ਲੱਗੀ ਬਹੁਤ ਵਧੀਆ ਲੱਗੀ, ਰੇਟ ਵੀ ਸਹੀ ਆ ਭਾਈ ਦੇ, ਹਨਾ, ਸਾਰੇ ਜੈਨੂਅਨ। ਵੀਡੀਓ ਦੇ ਵਿੱਚ ਨਾ ਇੰਪੋਰਟੈਂਟ ਜਿਹੜੀਆਂ ਗੱਲਾਂ ਹੈਗੀਆਂ ਸੀ, ਜਿੱਦਾਂ ਐਡਰੈਸ ਨੂੰ ਲੈ ਕੇ, ਟਾਈਮਿੰਗ ਨੂੰ ਲੈ ਕੇ। ਐਡਰੈਸ ਜਿਹੜਾ ਇਹਨਾਂ ਦਾ ਮੈਂ ਡਿਸਕ੍ਰਿਪਸ਼ਨ 'ਚ ਮੈਨਸ਼ਨ ਕਰ ਦੂੰਗਾ, ਜਾਂ ਡਿਸਕ੍ਰਿਪਸ਼ਨ 'ਚ ਭਾਈ ਦਾ ਨੰਬਰ ਆਜੂਗਾ, ਕਿਸੇ ਨੇ ਭਾਈ ਨਾਲ ਗੱਲ ਕਰਨੀ ਹੈ ਵਟਸਐਪ ਕਰਨਾ, ਜਿੱਦਾਂ ਵੀ ਹੈਗਾ ਸਾਰੇ ਕਰ ਕੁਰ ਲਿਓ। ਅਤੇ ਬਾਕੀ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੇਂ ਜਿਹੇ ਸੋਹਣੇ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ। ਟਿਲ ਦੈਨ ਟੇਕ ਕੇਅਰ, ਬਾਏ ਬਾਏ, ਚੰਗਾ ਫਿਰ ਅਗਲੀ ਵਾਰੀ।